ਸੋ ਹੈਲੋ ਐਵਰੀਵਨ, ਹੋਪ ਤੇ ਸਾਰ ਜਾਣੇ ਬਹੁਤ ਵਧੀਆ ਹੋਣਗੇ। ਤੇ ਮੈਂ ਅੱਜ ਤਿਆਰ ਹੋ ਗਈ ਹਾਂ, ਮੈਂ ਤਾਂ ਬਹੁਤ ਟਾਈਮ ਦੀ ਤਿਆਰ ਹੋ ਪਈ ਹਾਂ। ਮੈਂ ਆਹ ਦੇਖੋ ਅੱਜ ਗੱਲ ਵੀ ਕੀਤੀ, ਤਾਂ ਅੱਜ ਆਪਾਂ ਬਹੁਤ ਟਾਈਮ ਬਾਅਦ ਜਾ ਰਹੇ ਹਾਂ ਘੁੰਮਣ। ਬਹੁਤ ਟਾਈਮ ਬਾਅਦ, ਬਹੁਤ ਟਾਈਮ ਬਾਅਦ ਸੱਚੀ, ਹੈ ਨਾ? 5-6 ਮਹੀਨੇ ਹੋ ਗਏ। ਕੋਈ ਨਹੀਂ, ਮੈਂ ਬਾਹਰ ਬੋਲਣਾ ਪਿਆ ਨਾ, ਨਾ ਦਿਖਾ ਲਈ ਪਾਪ ਹੀ ਵਿੱਚ ਆਏ ਨਾਲੇ ਨਾ ਦਿਖਾ। ਅਤੇ ਹੈ ਨਾ, ਅਸੀਂ ਕਿੰਨੇ ਟਾਈਮ ਬਾਅਦ ਚੱਲੇ, ਅੱਜ ਹੈਗਾ ਸੰਡੇ ਅਤੇ ਦੁਪਹਿਰ ਦੇ 3 ਵਜੇ ਚੱਲੇ ਹਾਂ। ਬਸ ਆਪਾਂ ਗੱਡੀ ਵਾਲੇ ਭਾਈ ਨੂੰ ਫੋਨ ਕਰਤਾ ਆ, ਅਤੇ ਅੱਜ ਆਪਾਂ ਦੋਨੋਂ ਜਾਣੇ ਚੱਲੇ ਹਾਂ। ਕਿੰਨੇ ਟਾਈਮ ਬਾਅਦ, ਹੈ ਨਾ ਜੀ? ਉੱਦਾਂ ਅਸੀਂ ਤੈਨੂੰ ਘੁੰਮਾਉਣ ਲੈ ਕੇ ਚੱਲਾਂਗਾ। ਹਾਂ, ਇਹ ਮੈਨੂੰ ਘੁੰਮਾਉਣ ਲੈ ਕੇ ਚੱਲੇ ਆ, ਕਿਉਂਕਿ ਹੁਣ ਕਹਿੰਦੇ ਮੂਵੀ ਵਗੈਰਾ, ਮੈਂ ਕਿਹਾ ਦੇਖਿਆ ਨਹੀਂ, ਕਿੰਨਾ ਟਾਈਮ ਹੋ ਗਿਆ ਘਰ ਰਹਿ ਕੇ, ਪਾਗਲ ਹੋ ਜਾਣਾ ਮੈਨੂੰ ਤਾਂ ਇੱਦਾਂ ਲੱਗਦਾ ਸੀ। ਨਾ ਕਿਤੇ ਜਾਣਾ, ਆ ਮੇਰਾ ਜਿਹੜਾ ਕਮਰਾ ਦੇਖ ਰਹੇ ਹੋ ਨਾ ਤੁਸੀਂ ਸਾਰਾ, ਇਹ ਸਾਰੇ ਬੰਦ ਕਮਰੇ 'ਚ ਮੈਂ ਸਾਰਾ ਦਿਨ ਰਹਿੰਦੀ, ਮੈਨੂੰ ਪਤਾ ਮੈਂ ਕਿੱਦਾਂ ਆ। ਅਤੇ ਇਸ ਲਈ ਇਹਨਾਂ ਨੂੰ ਮੈਂ ਕਿੰਨੇ ਦਿਨਾਂ ਦਾ ਕਿਹਾ ਸੀ। ਫਿਰ ਹੁਣ ਸਾਡਾ ਪਲੈਨ ਬਣਿਆ, ਹੁਣ ਆਪਾਂ ਜਾਂਦੇ ਹਾਂ। ਅਤੇ ਪਹਿਲਾਂ ਵਾਲਾ ਤੁਸੀਂ ਵਲੌਗ ਦੇਖ ਹੀ ਲਿਆ ਹੋਊਗਾ, ਅਤੇ ਨਾਲੇ ਹੁਣ ਜੀ ਮੈਨੂੰ ਲੱਗਦਾ ਆਪਾਂ ਲਾਸਟ ਟਾਈਮ ਹੀ ਫਿਲਮ ਦੇਖਾਂਗੇ ਨਾ ਹੁਣ। ਫਿਰ ਵੀ ਮੈਨੂੰ ਨਹੀਂ ਲੱਗਦਾ ਗਾਈਸ, ਮੈਂ ਤੁਹਾਨੂੰ ਸੱਚ ਦੱਸਾਂ, ਕਿਉਂਕਿ ਮੈਨੂੰ ਲੱਗਦਾ ਬਾਅਦ 'ਚ ਨਿਆਣੇ ਨਾਲ ਪਤਾ ਨਹੀਂ ਦੇਖ ਹੋਊਗੀਆਂ ਫਿਲਮਾਂ ਕਿ ਨਹੀਂ, ਹੈ ਨਾ ਜੀ? ਨਹੀਂ ਦੇਖਾਂਗੇ, ਕਿਉਂ ਦੇਖਾਂਗੇ? ਪਤਾ ਨਹੀਂ ਉਹ ਦੇਖਣ ਨਾ ਦੇਵੇ ਆਪਾਂ ਨੂੰ। ਕੋਈ ਨਹੀਂ, ਫਿਰ ਬਾਕੀਆਂ ਨੂੰ ਦੇਖਣ ਦੂਗਾ, ਆਪਾਂ ਦੇਖੀਏ। ਬਾਕੀਆਂ ਨੂੰ ਨਹੀਂ ਦੇਖਣ ਦਊਗਾ। ਹਾਏ ਹਾਏ, ਮੈਂ ਨਹੀਂ ਮੋਮੋਸ ਗਾਈਸ, ਅਸੀਂ ਆ ਗਏ ਹਾਂ ਜੀ, ਕੀ ਖਾਈਏ ਪਹਿਲਾਂ, ਮੈਨੂੰ ਤਾਂ ਭੁੱਖ ਬਹੁਤ ਲੱਗੀ ਆ। ਹੈ ਗੱਡੀ ਅਸੀਂ ਬਾਹਰ ਹੀ ਪਾਰਕ ਕਰਾ ਤੀ, ਭੀੜ ਦੇਖੋ ਕਿੰਨੀ ਆ। ਗਾਈਸ ਹੁਣ ਆਪਾਂ ਨਾ ਇੱਥੇ ਆ ਗਏ ਸੀ, ਫਿਲਮ ਆਪਣੀ ਕਿੰਨੀ ਵਜੇ ਲੱਗਣੀ ਸੀ? ਫਿਲਮ ਲਈ 1 ਘੰਟਾ ਪਿਆ, ਆਪਾਂ KFC ਕੁਛ ਖਾ ਲਈਏ। ਹੋਰ ਆਪਾਂ ਇੱਥੇ KFC ਰੁਕੇ ਸੀਗੇ, ਕੁਛ ਖਾਵਾਂਗੇ, ਕਿਉਂ ਆਏ ਹਾਂ ਆਪਾਂ, 1 ਘੰਟਾ ਪਿਆ ਫਿਲਮ ਨੂੰ ਜੀ। ਉੱਧਰ ਲੈ ਜੂੰਗੇ ਮੈਨੂੰ, ਉਹ ਉੱਧਰ ਜਿਹੜਾ ਨੀਚੇ ਜੇ ਜਾ ਕੇ ਆਪਾਂ ਪਹਿਲਾਂ ਉੱਥੇ ਘੁੰਮ ਆਉਂਦੇ ਨਾ ਜਾ ਕੇ। ਹਾਂ, ਅਤੇ ਹੁਣ ਆਪਾਂ ਖਾਂਦੇ ਹਾਂ, ਆਪਾਂ ਆਪਣਾ ਆਰਡਰ ਆਊਗਾ। ਭੁੱਖ ਬਹੁਤ ਲੱਗੀ ਮੈਨੂੰ, ਮੇਰੇ ਤਾਂ ਢਿੱਡ 'ਚ ਲੱਤਾਂ ਵੀ ਵੱਜਦੀਆਂ ਪਈਆਂ। ਥੋੜਾ ਐਟੀਟਿਊਡ ਜੀ। ਆ ਚਿਕਨ ਹੀ ਆ ਗਾਈਸ, ਹੁਣ ਅਸੀਂ ਖਾਣ ਲੱਗੇ, ਆਪਣੇ ਸਾਡੀ ਮੀਲ ਆ ਗਈ ਆ, ਚਲੋ ਖਾ ਲਈਏ, ਇਹ ਨਾ ਖਾਣ ਪਹਿਲਾਂ। ਗਾਈਸ ਹੁਣ ਅਸੀਂ ਆਏ ਹਾਂ ਇੱਥੇ ਟਿਕਟ ਬੁੱਕ ਕਰਾਉਣ, ਗੌਰ ਜ਼ਿਲ੍ਹਾ ਦੇਖਣ ਲਈ। ਯਾਰ ਨਹੀਂ ਆ ਗਿਆ ਗਾਈਸ, ਦੇਖੋ ਚੂੜੀਓ ਵੀ ਆ, ਬੜੇ ਸੋਹਣੇ ਸੋਹਣੇ ਆ, ਹੈ ਨਾ? ਕੁਛ ਲੈ ਵੀ ਦਿਓ, ਦੇਖ ਲੈਣੇ ਬਾਅਦ ਚ, ਇੱਧਰ ਵੀ ਚੱਲਾਂਗੇ। ਇੱਥੇ ਬਿਠਾਵਾਂ ਤੁਹਾਨੂੰ ਗਾਈਸ, ਇੱਧਰ ਨਾ ਬਹੁਤ ਸਾਰੀ ਐਕਟੀਵਿਟੀਜ਼ ਆ, ਪਰ ਅਸੀਂ ਕੁਛ ਕਰਦੇ ਨਹੀਂ, ਦੇਖਣ ਨਹੀਂ ਆਏ ਹਾਂ ਸਿਰਫ, ਹੈ ਮਜ਼ਾ ਆਊਗਾ ਬਾਅਦ, ਇੱਥੇ ਫਾਇਦਾ ਨਹੀਂ, ਲੰਘ ਹੀ ਸਕਦੇ ਹਾਂ, ਉਹ ਇਸ ਵਾਰ ਬੰਦ ਆ ਸਾਰਾ। ਗਾਈਸ ਆਹ ਦੇਖੋ ਇੱਥੇ ਕਿੰਨੇ ਵਧੀਆ ਵਧੀਆ ਆ, ਅਸੀਂ ਆ ਗਏ ਹਾਂ ਪਾਣੀ ਦੀ ਬੋਤਲ ਲੈ ਕੇ।
100 ਰੁਪਏ ਦੀ ਪਾਣੀ ਦੀ ਬੋਤਲ 170 80 ਦੀ ਆਈ 70 ਦੀ ਉਹ ਇੰਨੀ ਮਹਿੰਗੀ ਓਏ ਜੇ ਲਾਈਨ ਨਹੀਂ ਕੀ ਬੋਤਲ ਲਾਇਆ ਦਿਸ ਆਡੀਟੋਰੀਅਮ ਇਜ਼ ਇਟ ਜੀ ਸਰ ਕਮ ਕਿਚ ਫੋਟੋ ਆਪਾਂ ਕਿਹੜੀ ਮੂਵੀ ਦੇਖਣ ਆਏ ਹਾਂ ਜਾਲਾੜਾ ਹੈ ਮਸਤੀ ਕੀ ਲੈ ਸੀਟ ਵਧੀਆ ਮਿਲੀ ਵੈਸੇ ਕੰਫਰਟੇਬਲ ਵੀ ਹੈ ਚਲਤੀ ਹੈ ਕੌਮਸ I'm so glad ki mujhe phone la nahi pada hum guys assi ho gaye vele te film bahut sohni si godzilla te haveli de bahar aaye hain kuch khana te hai niga ji hor kitho kuch khawange dekho ped kinni aa assi ppr ghum ke thodiyan je videos banaiyan games wali jagah dekhiyan te par utthe kuch hai nahi hun oh market ch ghum ke aane apan hai na ji tur ke chal jande yaar ke sohni market aan wale kuch khane aa ਗਾਇਸ ਅਸੀਂ ਈਸਟਵੁੱਡ ਵਿਲੇਜ ਨਹੀਂ ਗਏ ਹੁਣ ਅਸੀਂ ਆਏ ਆ ਅਸੀਂ ਰਾਤੇ ਦੀ ਕਾਰਨੀਵਲ ਪੈ ਗਿਆ ਆਪਾਂ ਚਾਂਪ ਲੱਭਦੇ ਸੀ ਅਸੀਂ ਚਾਂਪ ਲੱਭਦੇ ਲੱਭਦੇ ਅਸੀਂ ਕਾਰਨੀਵਲ ਮੇਲਾ ਸਾਨੂੰ ਮਿਲ ਗਿਆ ਮੈਂ ਕਦੀ ਨਹੀਂ ਗਈ ਆਪਣੇ ਸ਼ਾਹਪੁਰ ਚ ਦਿਖਾਣੇ ਆ ਸਾਰਾ ਮੇਲਾ ਦਿਖਾਣੇ ਆ ਤੁਹਾਨੂੰ ਇਹ ਲੋਇਲਪੁਰ ਖਾਲਸਾ ਕਾਲਜ ਉੱਥੇ ਲੱਗਾ ਆ ਦੇਖੋ ਅੰਦਰ ਜਾਵਾਂਗੇ ਮਜ਼ਾ ਆਊਗਾ ਦੁਬਈ ਵਾਲਾ ਸਿਸਟਮ ਹਾਂ ਦੁਬਈ ਆਏ ਸੱਚ ਆਪਾਂ ਜੀ ਆਪਾਂ ਨਾ ਵੀਡੀਓ ਤੋਂ ਲਗਾਉਣਾ ਲਾਵਾਂਗੇ ਬੈਠੇ ਉਸ ਟਿਕਟ ਲੈਣ ਗੂਗਲ ਪੇ ਕਰਨਗੇ 50 ਰੁਪਏ ਫੀਸ ਆ ਨਾ ਪਰ ਦੁਬਈ ਵੀ 50 ਰੁਪਏ ਚ ਘੁੰਮਣਾ ਸੌਖਾ ਨਹੀਂ ਉਦਾਂ 50,000 ਲੱਗ ਜਾਂਦੇ ਦੁਬਈ ਘੁੰਮਣ ਚ ਉਦਾਂ ਅਸੀਂ ਮੁੜ ਜਾਣਾ ਸੀ ਘਰ ਪਰ ਹੁਣ ਅਸੀਂ ਖੇਡਾਂ ਝੂਲੇ ਲਵਾਂਗੇ ਇਹੀ ਮਜ਼ਾ ਆਏਗਾ ਗਾਇਸ ਆ ਦੇਖੋ ਅਸੀਂ ਅੰਦਰ ਆਏ ਇਹ ਬਹੁਤ ਵਧੀਆ ਬੋਲਦੇ ਨੇ ਨਹੀਂ ਉੱਧਰ ਦੀ ਜਾ ਵਿੱਚ ਦੀ ਹੋਊਗਾ ਰਸਤਾ ਉੱਧਰ ਸਾਨੂੰ ਕੋਈ ਖਾਸ ਲੱਗਾ ਨਹੀਂ ਹੁਣ ਅਸੀਂ ਇੱਧਰਲੀ ਸਾਈਡ ਆ ਗਏ ਇੱਧਰ ਮੇਲੇ ਵਾਂਗ ਆ ਨਾ ਜੀ ਤੇ ਦੁਕਾਨਾਂ ਤੋਂ ਕੁੰਨਾ ਲੱਗੀਆਂ ਹੋਈਆਂ ਉਹ ਦੇਖੀ ਉਹ ਵਾਹ ਊਠ ਵੀ ਆ ਸੋਹਣੀਆਂ ਨਾ ਦੁਕਾਨਾਂ ਹਾਂ ਸਾਰਾ ਕੁਝ ਬਣਿਆ ਹਾਂ ਇੱਧਰ ਸਟਾਰਟ ਕਰੀਏ ਮੁਕੋ ਇਹ ਕੀ ਪਾਣ ਨਾ ਖਾਇਓ ਪਾਣ ਇਹ ਦੂਜਾ ਹੁੰਦਾ ਨਾ ਕਿਹੜੀ ਹਾਨੀਕਾਰਕ ਹੈ ਮੈਨੂੰ ਵਧੀਆ ਲੱਗਾ ਅੱਜ ਕੱਲ ਸੁਣ ਲਿਆ ਤੁਸੀਂ ਹੈ ਨਾ ਇੱਧਰ ਆ ਜਾਓ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਘੁਮਾ ਕੇ ਲਿਆਏ ਹੈ ਨਾ ਕਿੰਨੇ ਦਿਨਾਂ ਬਾਅਦ ਮੈਂ ਨਾ ਘਰੇ ਬੈਠਾ ਰਹਿੰਦਾ ਸੀ ਵਿਚਾਰਾ ਮੈਂ ਨਾ ਰੋਂਦੀ ਸੀਗੀ ਕਿੰਨੇ ਦਿਨ 3 ਦਿਨ ਲਗਾਤਾਰ ਰੋਂਦੀ ਸੀ ਪਾਣੀ ਆ ਜਾਂਦਾ ਸੀ ਕਹਿ ਕੇ ਮੈਨੂੰ ਕਿਤੇ ਲੈ ਜਾ ਮੈਨੂੰ ਕਿਤੇ ਲੈ ਜਾ ਇਦਾਂ ਹਾਂ ਪਰ ਅੱਜ ਆਪਾਂ ਘੁੰਮ ਕੇ ਆਏ ਨਾ ਨਾਲੇ ਤੁਸੀਂ ਨਵੇਂ ਕੱਪੜੇ ਪਾਏ ਮੈਂ ਵੀ ਉਦਾਂ ਤੇ ਮੈਂ ਲੈ ਕੇ ਜਾਇਆ ਕਰੂੰਗਾ ਠੀਕ ਆ ਹਾਂ ਫਿਰ ਨਾ ਅੱਜ ਨਾ ਅਸੀਂ ਉੱਥੇ ਜਦੋਂ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਜਦੋਂ ਨਾ ਅੱਜ ਆਪਾਂ ਉੱਥੇ ਗਏ ਨਾ ਕਈ ਨਿਆਣੇ ਜਿੱਦ ਕਰਦੇ ਸੀ ਚੀਜ਼ਾਂ ਨੂੰ ਹਨਾ ਆਪਾਂ ਕਿਸੇ ਸਾਡੇ ਵੀ ਇਦਾਂ ਕਰੋਗੇ ਉੱਥੇ ਵੀ ਤਾਂ ਮਾਲ ਚ ਨਹੀਂ ਸੀ ਉਹ ਦੇਖਿਆ ਜਿਹੜਾ ਸਾਰੇ ਲੋਕੀ ਨੇ ਆਪਣੇ ਬੱਚਿਆਂ ਨਾਲ ਖੇਡਦੇ ਸੀ ਕਿ ਹਾਏ ਸਾਡਾ ਵੀ ਹੋਗਾ ਅਸੀਂ ਫਿਰ ਖੇਡਾਂਗੇ ਉੱਥੇ ਕਿੱਦਾਂ ਜਿੱਦ ਹੀ ਕਰਦੇ ਸੀ ਹਨਾ ਹਰ ਚੀਜ਼ ਲਈ ਹਰ ਬੱਚਾ ਜਿੱਦ ਕਰਦਾ ਸੀ ਤੇ ਆਪਣੇ ਵੀ ਨਿਆਣੇ ਜਿੱਦ ਕਰਿਆ ਕਰੂਗੇ ਪਰ ਆਪਾਂ ਉਹਦੀ ਜਿੱਦ ਪੂਰੀ ਕਰਿਆ ਕਰਾਂਗੇ ਸਾਰੀ ਹਨਾ ਪਰ ਫਿਰ ਵੀ ਉਹ ਬਹੁਤ ਕਰਦੇ ਹੁੰਦੇ ਆ ਤੇ ਵੀ ਨਿਆਣੇ ਕਰਦੀ ਆ ਵੀ ਦੇਖੀਏ ਸਾਰੇ ਤੇ ਚਲੋ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਤੇ ਸਾਨੂੰ ਅੱਜ ਬਹੁਤ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਵਧੀਆ ਤੇ ਹੁਣ ਆਪਾਂ ਵਲੌਗ ਬਣਾਇਆ ਕਰਾਂਗੇ ਹਾਂ ਅੱਜ ਸਾਨੂੰ ਬਹੁਤ ਵਧੀਆ ਲੱਗਾ ਘੁੰਮ ਕੇ ਤੇ ਅਸੀਂ ਆ ਦੇਖੋ ਬਿਰਿਆਨੀ ਲਿਆ ਸੀ ਆਪਣੇ ਲਈ ਲਿਮਕੇ ਦੀ ਬੋਤਲ ਹੈ ਨਾ ਜੀ ਹੁਣ ਆਪਾਂ ਖਾ ਕੇ ਸੋ ਜਾਣਾ ਬਸ ਅਸੀਂ ਖਾ ਪੀ ਕੇ 10 ਵਜ ਗਏ ਨਾ ਹਾਂ
ਬਸ ਹੁਣ 10 ਵਜ ਗਏ ਤੇ ਹੁਣ ਆਪਾਂ ਖਾ ਪੀ ਕੇ ਸੋਨੇ ਆ ਤੇ ਮਿਲਦੇ ਆ ਨੈਕਸਟ ਵਲੌਗ ਵਿੱਚ। ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਾਏ ਬਾਏ।